ਇਹਦਾ ਫਾਰਮ ਹੈਗਾ ਮਤਲਬ ਆ ਪਹਿਲਨ ਝੋਟੀਆਂ ਜਿਹੜੀਆਂ ਅੱਗੇ ਆ ਗਈਆਂ ਨੇ ਦੇਖ ਸਕਦੇ ਹੋ ਬਹੁਤ ਖੂਬਸੂਰਤ ਕੁੰਡੀਆਂ ਝੋਟੀਆਂ ਨੇ ਸਾਰੀਆਂ ਦੀ ਸਾਰੀਆਂ ਟੋਟਲੀ ਸੂਣ ਵਾਲੀਆਂ ਨੇ ਮਤਲਬ ਤਿਆਰ ਨੇ ਹੈਲਥ ਚੈੱਕ ਕਰੋ ਇਹਨਾਂ ਦੀ ਮਾਸ਼ਾਅੱਲਾ ਕੋਈ ਐਸੀ ਜਿਹੜੀ ਨਹੀਂ ਹੈ ਜਿਹੜੀ ਤਗੜੀ ਨਾ ਹੋਵੇ ਮੱਝ ਸੋਹਣੀਆਂ ਮੱਝਾਂ ਵੇਖ ਬੋਲੀ ਮੱਝ ਚੈੱਕ ਕਰੋ ਬਹੁਤ ਹੀ ਸੋਹਣੀਆਂ ਮੀਣੀ ਮੱਝ ਬਹੁਤ ਖੂਬਸੂਰਤ ਆ ਦੇਖੋ ਸੋਹਣੀ ਮੱਝ ਮੀਣੀ ਖੂਬਸੂਰਤ ਸਿੰਘ ਬਹੁਤ ਸੋਹਣੇ ਨੇ ਇਹੀ ਤਾਂ ਇਹਦੀ ਖੂਬਸੂਰਤੀ ਹੈ ਇਸ ਝੋਟੀ ਦੀ ਦੂਜੀ ਮੱਝ ਚੈੱਕ ਕਰੋ ਆ ਦੇਖ ਸਕਦੇ ਸੋਹਣੀ ਅਤੇ ਚੰਗੀ ਚੰਗੀਆਂ ਮੱਝਾਂ ਨੇ ਆ ਦੇਖ ਸਕਦੇ ਹੋ ਟੋਟਲੀ ਫਿੱਟ ਵਿੱਚ ਬੂਰੀਆਂ ਝੋਟੀਆਂ ਵੀ ਮੱਝਾਂ ਵੀ ਨੇ ਸਾਰੀ ਉਹਨਾਂ ਦੇ ਵਿੱਚ ਪੱਠੇ ਪਰਾਲੀ ਕੁੱਤਰੀ ਹੈਗੀ ਹੈ ਹਜੇ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਬੂਰੀ ਮੱਝ ਸੋਹਣੀ ਜਿਹੜੀ ਹੁੰਦੀ ਹੈ ਬਹੁਤ ਹੀ ਖੂਬਸੂਰਤ ਮੱਝ ਦੇਖੋ ਬਹੁਤ ਵੱਡਾ ਇਹਨਾਂ ਨੇ ਬਿਹਤਰੀਨ ਫਾਰਮ ਬਣਾਇਆ ਅਤੇ ਮੱਝਾਂ ਬਹੁਤ ਹੀ ਸੋਹਣੀਆਂ ਨੇ ਸਾਹਮਣੇ ਇਹਨਾਂ ਨੇ ਸੈਲੇਜ ਤਿਆਰ ਕੀਤਾ ਆ ਜਿਹੜਾ ਤੁਹਾਡੇ ਸਾਹਮਣੇ ਹੈਗਾ ਸਪੈਸ਼ਲ ਕਿਸਮ ਦਾ ਇਹਨਾਂ ਨੇ ਉੱਤੇ ਕਵਰ ਕੀਤਾ ਥੱਲੇ ਛਾਪਰ ਵੀ ਇਹ ਪਾਇਆ ਇਹਨਾਂ ਨੇ ਆ ਦੇਖ ਸਕਦੇ ਹੋ ਆ ਝੋਟਣੀਆਂ ਝੋਟੀਆਂ ਜਿਹੜੀਆਂ ਕੱਟੀਆਂ ਨੇ ਅਤੇ ਆਹ ਮੱਝ ਦੇਖੋ ਬਿਹਤਰੀਨ ਮਾਸ਼ਾਅੱਲਾ ਖੂਬਸੂਰਤ ਮੱਝ ਹੈਗੀ ਉੱਠ ਜੇ ਖਾ ਪੀ ਕੇ ਬੈਠੀ ਤਾਂ ਨਹੀਂ ਉੱਠਣਦੀ ਹੈ ਮੱਝਾਂ ਵੀ ਮੀਣੀ ਮੱਝ ਚੈੱਕ ਕਰੋ ਸੋਹਣੀਆਂ ਮੱਝਾਂ ਇਹਨਾਂ ਦੀਆਂ ਬਿਹਤਰੀਨ ਸਾਰੀਆਂ ਹੀ ਦੇਖੋ ਝੋਟੀਆਂ ਪਹਿਲਾਂ ਝੋਟੀ ਹੈਗੀ ਹੈ ਜਿਹੜੀ ਹੁਣ ਤਿਆਰ ਹੈਗੀ ਹੈ ਦੇਖ ਸਕਦੇ ਬਹੁਤ ਹੀ ਸੋਹਣੀਆਂ ਮੱਝਾਂ ਦੇਖ ਸਕਦੇ ਹੋ ਇੱਕ ਉਹ ਮੀਣੀ ਮੱਝ ਇਹਨਾਂ ਦੀ ਕੱਟੀ ਜਿਹੜੀ ਝੋਟੀ ਅੱਗੋਂ ਤਿਆਰ ਹੋਈ ਮੱਝਾਂ ਬਹੁਤ ਸੋਹਣੀਆਂ ਨੇ ਇਹਨਾਂ ਦੀਆਂ ਬਹੁਤ ਬਹੁਤ ਦੇਖ ਸਕਦੇ ਹੋ ਮੱਝਾਂ ਫੰਡਰ ਮੱਝਾਂ ਦਾ ਇਹ ਹੈਗਾ ਇੱਧਰ ਤਾਂ ਦੂਜੇ ਪਾਸੇ ਇੱਧਰ ਗਾਈਆਂ ਬੰਨਦੇ ਨੇ ਗਾਈਆਂ ਅਜੇ ਜਿਹੜੀਆਂ ਨਾ ਉਹ ਬੰਦ ਕੀਤੀਆਂ ਉੱਧਰ ਉਹ ਉੱਧਰ ਬੰਨੀਆਂ ਨੇ ਜਿੱਧਰ ਚਵਾਈ ਹੁੰਦੀ ਹੈਗੀ ਅਜੇ ਚਵਾਈ ਸ਼ੁਰੂ ਕਰਨੀ 15 ਮਿੰਟਾਂ ਤੱਕ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਚਵਾਈ ਛਵਾਈ ਇਹਨਾਂ ਦੀ ਵੰਡੇ ਦਾ ਸਾਰਾ ਨਿਜ਼ਾਮ ਵਗੈਰਾ ਇਹਨਾਂ ਦਾ ਦਿਖਾਉਂਦੇ ਹਾਂ ਤੁਹਾਨੂੰ ਤੁਸੀਂ ਦੇਖੋ ਇਹਨਾਂ ਦੀਆਂ ਮੀਣੀਆਂ ਜਿਹੜੀਆਂ ਮੱਝਾਂ ਝੋਟੀਆਂ ਨੇ ਨਾ ਉਹ ਬਹੁਤ ਸੋਹਣੀਆਂ ਨੇ ਕੁੰਡੀ ਵਿੱਚ ਨਹੀਂ ਗਈ ਗੇਟ ਥੋੜ੍ਹਾ ਉੱਚਾ ਨਹੀਂ ਗਾ ਹੋ ਗਿਆ ਦੇਖ ਸਕਦੇ ਹੋ ਬਹੁਤ ਹੀ ਮਾਸ਼ਾਅੱਲਾ ਸੋਹਣਾ ਅਤੇ ਚੰਗਾ ਫਾਰਮ ਬਣਾਇਆ ਇਹਨਾਂ ਨੇ